ਦਾ ਕੇਸ ਲੱਗਿਆ ਸੀ ਕੋਰਟ ਵਿੱਚ ਕਿ ਇਹਦੇ ਅਗੇਂਸਟ ਤਿੰਨ ਸਿੱਖਾਂ ਦੇ ਕਤਲ ਦੀ ਜੋ ਚਾਰਜਸ਼ੀਟ ਆ ਮਰਡਰ ਦੀ ਚਾਰਜਸ਼ੀਟ ਸੀ ਬੀ ਆਈ ਨੇ ਫਾਈਲ ਕੀਤੀ ਅੱਜ ਉਹ ਕੋਰਟ ਦੇ ਵਿੱਚ ਲੱਗਿਆ ਸੀ ਅੱਜ ਪਰ ਅੱਜ ਕੋਰਟ ਦੇ ਅੰਦਰ ਕੰਪਲੀਟ ਫਾਈਲਾਂ ਨਹੀਂ ਪਹੁੰਚੀਆਂ ਜੋ ਪਹਿਲੀ ਕਲੋਜ਼ਰ ਰਿਪੋਰਟ ਸੀ ਬੀ ਆਈ ਨੇ ਫਾਈਲ ਕੀਤੀ ਸੀ ਉਹ ਅੱਜ ਕੋਰਟ ਦੇ ਵਿੱਚ ਨਹੀਂ ਸੀ ਉਹ ਕਰਕਟਦਮਾ ਕੋਰਟ ਤੋਂ ਮੰਗਾਉਣੀ ਪੈ ਗਈ ਤੋ ਇਸ ਲਈ ਕੋਰਟ ਨੇ 6 ਜੁਲਾਈ ਦੀ ਤਰੀਕ ਦਿੱਤੀ ਆ ਔਰ ਕਿਹਾ ਕਿ ਸਪੈਸ਼ਲ ਮੈਸੰਜਰ ਰਾਹੀਂ ਕਰਕਟਦਮਾ ਕੋਰਟ ਤੋਂ ਉਹ ਫਾਈਲ ਮੰਗਵਾਈ ਜਾਵੇ ਤੇ ਹੁਣ ਉਹ ਫਾਈਲ ਆ ਜਾਏਗੀ ਤੇ ਹੁਣ 6 ਜੁਲਾਈ ਨੂੰ ਸਾਨੂੰ ਪੂਰੀ ਉਮੀਦ ਆ ਕਿ ਕੋਰਟ ਅੱਗੇ ਕਾਰਵਾਈ ਕਰੇਗੀ ਔਰ ਜਗਦੀਸ਼ ਟਾਈਟਲਰ ਜਲਦੀ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਦੇਖੋ ਸੱਜਣ ਕੁਮਾਰ ਆਲਰੇਡੀ ਜੇਲ੍ਹ ਵਿੱਚ ਆ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਐਮ ਐਲ ਏ ਨੂੰ ਵੀ ਸਜ਼ਾ ਹੋਈ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਕੌਂਸਲਰ ਨੂੰ ਵੀ ਸਜ਼ਾ ਹੋਈ ਉਹ ਵੀ ਜੇਲ੍ਹ ਵਿੱਚ ਨੇ ਜਗਦੀਸ਼ ਟਾਈਟਲਰ ਦੇ ਅਗੈਂਸਟ ਨੂੰ ਮਰਡਰ ਕੇਸ ਸ਼ੁਰੂ ਹੋ ਗਿਆ ਇਹ ਵੀ ਜਲਦੀ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਰਹਿ ਗਿਆ ਕਮਲਨਾਥ ਕਮਲਨਾਥ ਦੇ ਕੇਸ ਬਹੁਤ ਸੀਰੀਅਸ ਐਲੀਗੇਸ਼ਨ ਨੇ ਔਰ ਉਹਨੇ ਗੁਰਦੁਆਰਾ ਰਕਾਬਗੜ੍ਹ ਸਾਹਿਬ ਨੂੰ ਅੱਗ ਲਗਾਈ ਔਰ ਦੋ ਸਿੱਖਾਂ ਨੂੰ ਉੱਥੇ ਜਿਉਂਦਾ ਜਲਾਤਾ ਹੁਣ ਕਮਲਨਾਥ ਰਹਿ ਗਿਆ ਔਰ ਪੂਰੀ ਕੋਸ਼ਿਸ਼ ਕਰਾਂਗੇ ਕਮਲਨਾਥ ਦੇ ਖਿਲਾਫ ਵੀ ਜਲਦੀ ਤੋਂ ਜਲਦੀ ਇਹ ਕਤਲਦਾ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦਾ ਮਾਮਲਾ ਸ਼ੁਰੂ ਕੀਤਾ ਜਾਵੇ ਦਾ ਕੇਸ ਲੱਗਿਆ ਸੀ ਕੋਰਟ ਵਿੱਚ ਕਿ ਇਹਦੇ ਅਗੇਂਸਟ ਤਿੰਨ ਸਿੱਖਾਂ ਦੇ ਕਤਲ ਦੀ ਜੋ ਚਾਰਜਸ਼ੀਟ ਆ ਮਰਡਰ ਦੀ ਚਾਰਜਸ਼ੀਟ ਸੀ ਬੀ ਆਈ ਨੇ ਫਾਈਲ ਕੀਤੀ ਅੱਜ ਉਹ ਕੋਰਟ ਦੇ ਵਿੱਚ ਲੱਗਿਆ ਸੀ ਅੱਜ ਪਰ ਅੱਜ ਕੋਰਟ ਦੇ ਅੰਦਰ ਕੰਪਲੀਟ ਫਾਈਲਾਂ ਨਹੀਂ ਪਹੁੰਚੀਆਂ ਜੋ ਪਹਿਲੀ ਕਲੋਜ਼ਰ ਰਿਪੋਰਟ ਸੀ ਬੀ ਆਈ ਨੇ ਫਾਈਲ ਕੀਤੀ ਸੀ ਉਹ ਅੱਜ ਕੋਰਟ ਦੇ ਵਿੱਚ ਨਹੀਂ ਸੀ ਉਹ ਕਰਕਟਦਮਾ ਕੋਰਟ ਤੋਂ ਮੰਗਾਉਣੀ ਪੈ ਗਈ ਤੋ ਇਸ ਲਈ ਕੋਰਟ ਨੇ 6 ਜੁਲਾਈ ਦੀ ਤਰੀਕ ਦਿੱਤੀ ਆ ਔਰ ਕਿਹਾ ਕਿ ਸਪੈਸ਼ਲ ਮੈਸੰਜਰ ਰਾਹੀਂ ਕਰਕਟਦਮਾ ਕੋਰਟ ਤੋਂ ਉਹ ਫਾਈਲ ਮੰਗਵਾਈ ਜਾਵੇ ਤੇ ਹੁਣ ਉਹ ਫਾਈਲ ਆ ਜਾਏਗੀ ਤੇ ਹੁਣ 6 ਜੁਲਾਈ ਨੂੰ ਸਾਨੂੰ ਪੂਰੀ ਉਮੀਦ ਆ ਕਿ ਕੋਰਟ ਅੱਗੇ ਕਾਰਵਾਈ ਕਰੇਗੀ ਔਰ ਜਗਦੀਸ਼ ਟਾਈਟਲਰ ਜਲਦੀ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਦੇਖੋ ਸੱਜਣ ਕੁਮਾਰ ਆਲਰੇਡੀ ਜੇਲ੍ਹ ਵਿੱਚ ਆ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਐਮ ਐਲ ਏ ਨੂੰ ਵੀ ਸਜ਼ਾ ਹੋਈ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਕੌਂਸਲਰ ਨੂੰ ਵੀ ਸਜ਼ਾ ਹੋਈ ਉਹ ਵੀ ਜੇਲ੍ਹ ਵਿੱਚ ਨੇ ਜਗਦੀਸ਼ ਟਾਈਟਲਰ ਦੇ ਅਗੈਂਸਟ ਨੂੰ ਮਰਡਰ ਕੇਸ ਸ਼ੁਰੂ ਹੋ ਗਿਆ ਇਹ ਵੀ ਜਲਦੀ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਰਹਿ ਗਿਆ ਕਮਲਨਾਥ ਕਮਲਨਾਥ ਦੇ ਕੇਸ ਬਹੁਤ ਸੀਰੀਅਸ ਐਲੀਗੇਸ਼ਨ ਨੇ ਔਰ ਉਹਨੇ ਗੁਰਦੁਆਰਾ ਰਕਾਬਗੜ੍ਹ ਸਾਹਿਬ ਨੂੰ ਅੱਗ ਲਗਾਈ ਔਰ ਦੋ ਸਿੱਖਾਂ ਨੂੰ ਉੱਥੇ ਜਿਉਂਦਾ ਜਲਾਤਾ ਹੁਣ ਕਮਲਨਾਥ ਰਹਿ ਗਿਆ ਔਰ ਪੂਰੀ ਕੋਸ਼ਿਸ਼ ਕਰਾਂਗੇ ਕਮਲਨਾਥ ਦੇ ਖਿਲਾਫ ਵੀ ਜਲਦੀ ਤੋਂ ਜਲਦੀ ਇਹ ਕਤਲਦਾ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦਾ ਮਾਮਲਾ ਸ਼ੁਰੂ ਕੀਤਾ ਜਾਵੇ ਦਾ ਕੇਸ ਲੱਗਿਆ ਸੀ ਕੋਰਟ ਵਿੱਚ ਕਿ ਇਹਦੇ ਅਗੇਂਸਟ ਤਿੰਨ ਸਿੱਖਾਂ ਦੇ ਕਤਲ ਦੀ ਜੋ ਚਾਰਜਸ਼ੀਟ ਆ ਮਰਡਰ ਦੀ ਚਾਰਜਸ਼ੀਟ ਸੀ ਬੀ ਆਈ ਨੇ ਫਾਈਲ ਕੀਤੀ ਅੱਜ ਉਹ ਕੋਰਟ ਦੇ ਵਿੱਚ ਲੱਗਿਆ ਸੀ ਅੱਜ ਪਰ ਅੱਜ ਕੋਰਟ ਦੇ ਅੰਦਰ ਕੰਪਲੀਟ ਫਾਈਲਾਂ ਨਹੀਂ ਪਹੁੰਚੀਆਂ ਜੋ ਪਹਿਲੀ ਕਲੋਜ਼ਰ ਰਿਪੋਰਟ ਸੀ ਬੀ ਆਈ ਨੇ ਫਾਈਲ ਕੀਤੀ ਸੀ ਉਹ ਅੱਜ ਕੋਰਟ ਦੇ ਵਿੱਚ ਨਹੀਂ ਸੀ ਉਹ ਕਰਕਟਦਮਾ ਕੋਰਟ ਤੋਂ ਮੰਗਾਉਣੀ ਪੈ ਗਈ ਤੋ ਇਸ ਲਈ ਕੋਰਟ ਨੇ 6 ਜੁਲਾਈ ਦੀ ਤਰੀਕ ਦਿੱਤੀ ਆ ਔਰ ਕਿਹਾ ਕਿ ਸਪੈਸ਼ਲ ਮੈਸੰਜਰ ਰਾਹੀਂ ਕਰਕਟਦਮਾ ਕੋਰਟ ਤੋਂ ਉਹ ਫਾਈਲ ਮੰਗਵਾਈ ਜਾਵੇ ਤੇ ਹੁਣ ਉਹ ਫਾਈਲ ਆ ਜਾਏਗੀ ਤੇ ਹੁਣ 6 ਜੁਲਾਈ ਨੂੰ ਸਾਨੂੰ ਪੂਰੀ ਉਮੀਦ ਆ ਕਿ ਕੋਰਟ ਅੱਗੇ ਕਾਰਵਾਈ ਕਰੇਗੀ ਔਰ ਜਗਦੀਸ਼ ਟਾਈਟਲਰ ਜਲਦੀ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਦੇਖੋ ਸੱਜਣ ਕੁਮਾਰ ਆਲਰੇਡੀ ਜੇਲ੍ਹ ਵਿੱਚ ਆ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਐਮ ਐਲ ਏ ਨੂੰ ਵੀ ਸਜ਼ਾ ਹੋਈ ਸੱਜਣ ਕੁਮਾਰ ਦੇ ਨਾਲ ਇੱਕ ਐਕਸ ਕੌਂਸਲਰ ਨੂੰ ਵੀ ਸਜ਼ਾ ਹੋਈ ਉਹ ਵੀ ਜੇਲ੍ਹ ਵਿੱਚ ਨੇ ਜਗਦੀਸ਼ ਟਾਈਟਲਰ ਦੇ ਅਗੈਂਸਟ ਨੂੰ ਮਰਡਰ ਕੇਸ ਸ਼ੁਰੂ ਹੋ ਗਿਆ ਇਹ ਵੀ ਜਲਦੀ ਸਲਾਖਾਂ ਦੇ ਪਿੱਛੇ ਹੋਏਗਾ ਹੁਣ ਰਹਿ ਗਿਆ ਕਮਲਨਾਥ ਕਮਲਨਾਥ ਦੇ ਕੇਸ ਬਹੁਤ ਸੀਰੀਅਸ ਐਲੀਗੇਸ਼ਨ ਨੇ ਔਰ ਉਹਨੇ ਗੁਰਦੁਆਰਾ ਰਕਾਬਗੜ੍ਹ ਸਾਹਿਬ ਨੂੰ ਅੱਗ ਲਗਾਈ ਔਰ ਦੋ ਸਿੱਖਾਂ ਨੂੰ ਉੱਥੇ ਜਿਉਂਦਾ ਜਲਾਤਾ ਹੁਣ ਕਮਲਨਾਥ ਰਹਿ ਗਿਆ ਔਰ ਪੂਰੀ ਕੋਸ਼ਿਸ਼ ਕਰਾਂਗੇ ਕਮਲਨਾਥ ਦੇ ਖਿਲਾਫ ਵੀ ਜਲਦੀ ਤੋਂ ਜਲਦੀ ਇਹ ਕਤਲਦਾ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦਾ ਮਾਮਲਾ ਸ਼ੁਰੂ ਕੀਤਾ ਜਾਵੇ।